ਸਾਨੂੰ ਅੱਜ ਸਹਾਰਾ ਦਰਨ ਸਾਹਿਬ ਦਫ਼ਤਰ ਫੋਨ ਆਇਆ ਸੀ ਕਿ ਬਠਿੰਡਾ ਮਾਨਸਾ ਰੋਡ 'ਤੇ ਜੱਸੀ ਚੌਂਕ 'ਚ ਐਕਸੀਡੈਂਟ ਹੋ ਗਿਆ, ਜੋ ਕਿ ਉੱਥੇ ਹਾਲਾਤ ਦੇਖ ਕੇ ਕਾਰ ਅਤੇ ਤੇਲ ਦੀ ਟੈਂਕੀ ਅਤੇ ਮੋਟਰਸਾਈਕਲ ਐਕਸੀਡੈਂਟ ਹੋ ਪਿਆ ਸੀ, ਜੋ ਕਿ ਅਸੀਂ ਤਿੰਨਿਆਂ ਨੂੰ ਅਸੀਂ ਸਰਕਾਰੀ ਹਸਪਤਾਲ ਲਿਆ, 2 ਦੀ ਡੈਥ ਹੋ ਗਈ। ਇਹ ਆਪਣਾ ਟਰੱਕ ਗੱਡੀ ਅਤੇ ਮੋਟਰਸਾਈਕਲ ਐਕਸੀਡੈਂਟ ਹੋਇਆ, ਜ਼ਖਮੀਆਂ ਨੂੰ ਇੱਕ ਵਾਰ ਹਸਪਤਾਲ ਭੇਜਤਾ, ਬਾਕੀ ਅਸੀਂ ਜਾਂਚ ਕਰ ਰਹੇ ਹਾਂ ਕਿ ਕਾਰਨ ਦਾ। ਜੋ ਕਿ ਇਹਨਾਂ ਦੀਆਂ 2 ਦੀਆਂ ਡੈੱਡ ਬੋਡੀਆਂ ਸਰਕਾਰੀ ਹਸਪਤਾਲ ਬਠਿੰਡਾ ਮੋਰਤਰੀ ਘਰ ਵਿੱਚ 72 ਘੰਟੇ ਲਈ ਸੁਰੱਖਿਅਤ ਰੱਖ ਦਿੱਤੀਆਂ ਗਈਆਂ ਹਨ। ਅਤੇ 2 ਪੇਸ਼ੈਂਟਸ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਦਾ ਨਾਮ ਅਮਿਤ ਕੁਮਾਰ, ਜਿਨ੍ਹਾਂ ਦੀ ਉਮਰ ਲਗਭਗ 36 ਸਾਲ ਹੈ, ਅਤੇ 1 ਸੰਪੂਰਨ ਸਿੰਘ ਜੀ, ਜਿਨ੍ਹਾਂ ਦੀ ਉਮਰ 65 ਸਾਲ ਹੈ। ਇਹਨਾਂ ਦੀ ਉੱਥੇ ਮੌਕੇ 'ਤੇ ਹੀ ਮੌਤ ਹੋ ਗਈ ਸੀ। ਸਰ, ਮੇਰਾ ਨਾਮ ਸੰਦੀਪ ਗਿੱਲਾ, ਮੈਂ ਸਹਾਰਾ ਜਨ ਸੇਵਾ ਦਾ ਵਰਕਰ ਹਾਂ। ਸਾਨੂੰ ਅੱਜ ਸਹਾਰਾ ਜਨ ਸੇਵਾ ਦਫ਼ਤਰ ਫੋਨ ਆਇਆ ਸੀ ਕਿ ਬਠਿੰਡਾ ਮਾਨਸਾ ਰੋਡ 'ਤੇ ਜੱਸੀ ਚੌਂਕ 'ਚ ਐਕਸੀਡੈਂਟ ਹੋ ਗਿਆ। ਸਾਡੀ ਸਹਾਰਾ ਜਨ ਸੇਵਾ ਦੀਆਂ 3 ਐਂਬੂਲੈਂਸ ਟੀਮਾਂ ਹਰਬੰਸ ਸਿੰਘ, ਸੰਦੀਪ ਗਿੱਲ, ਵਿੱਕੀ ਕੁਮਾਰ ਮੌਕੇ 'ਤੇ ਪਹੁੰਚੇ, ਜੋ ਕਿ ਉੱਥੇ ਹਾਲਾਤ ਦੇਖ ਕੇ ਕਾਰ ਅਤੇ ਤੇਲ ਦੀ ਟੈਂਕੀ ਅਤੇ ਮੋਟਰਸਾਈਕਲ ਐਕਸੀਡੈਂਟ ਹੋ ਪਿਆ ਸੀ, ਜੋ ਕਿ ਅਸੀਂ 3 ਨੂੰ ਅਸੀਂ ਸਰਕਾਰੀ ਹਸਪਤਾਲ ਲਿਆ, 2 ਦੀ ਡੈਥ ਹੋ ਗਈ। ਉਹਨਾਂ ਦਾ ਨਾਮ ਹੈਗਾ ਸੰਪੂਰਨ ਸਿੰਘ ਅਤੇ ਅੰਮ੍ਰਿਤ ਕੁਮਾਰ। ਜਿਹੜਾ ਸੰਪੂਰਨ ਸਿੰਘ ਆ, ਇਹ ਮੁਲਤਾਨੀਆ ਰਹਿਣ ਵਾਲੇ ਆ, ਜਿਹੜੇ ਆ ਅੰਮ੍ਰਿਤ ਕੁਮਾਰ ਇਹ ਫਰੀਦਾਬਾਦ ਦੇ ਰਹਿਣ ਵਾਲੇ ਆ। ਤੀਜੇ ਦੀ ਹਾਲਤ ਕੰਡੀਸ਼ਨ ਜ਼ਿਆਦਾ ਡਾਊਨ, ਉਹਨੂੰ ਡਾਕਟਰ ਸਾਹਿਬ ਰੈਫਰ ਕਰਨਗੇ, ਅਤੇ ਬਾਕੀ ਇਹਦੀਆਂ ਪੁਲਿਸ ਨੂੰ ਇਤਲਾਹ ਦਿੱਤੀ, ਪੁਲਿਸ ਮੌਕੇ 'ਤੇ ਆ ਗਈ ਸੀ, ਜੋ ਕਿ ਇਹਨਾਂ ਦੀਆਂ 2 ਦੀਆਂ ਡੈੱਡ ਬੋਡੀਆਂ ਸਰਕਾਰੀ ਹਸਪਤਾਲ ਬਠਿੰਡਾ ਮੋਰਤਰੀ ਘਰ ਵਿੱਚ 72 ਘੰਟੇ ਲਈ ਸੁਰੱਖਿਅਤ ਰੱਖ ਦਿੱਤੀਆਂ ਗਈਆਂ ਹਨ। ਸਾਨੂੰ ਕੰਟਰੋਲ ਤੋਂ ਸੂਚਨਾ ਮਿਲੀ ਸੀ ਕਿ ਠੀਕ ਹੈ, ਰੋਡ ਸਾਈਡ ਐਕਸੀਡੈਂਟ ਹੋਇਆ ਜੱਸੀ ਚੌਂਕ 'ਚ, ਇਹਦੇ ਬਾਬਤੇ ਅਸੀਂ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਹਾਂ। ਇਹ ਆਪਣਾ ਟਰੱਕ ਗੱਡੀ ਅਤੇ ਮੋਟਰਸਾਈਕਲ ਐਕਸੀਡੈਂਟ ਹੋਇਆ, ਜ਼ਖਮੀਆਂ ਨੂੰ ਇੱਕ ਵਾਰ ਹਸਪਤਾਲ ਭੇਜਤਾ, ਬਾਕੀ ਅਸੀਂ ਜਾਂਚ ਕਰ ਰਹੇ ਹਾਂ ਕਿ ਕਾਰਨ ਦਾ। ਨਹੀਂ, ਇਹਦੇ ਬਾਰੇ ਕਲੀਅਰ ਨਹੀਂ ਗਏ ਸਾਨੂੰ ਇਹਦੇ ਬਾਰੇ ਜੀ, ਇੱਕ ਵਾਰ ਇੱਥੋਂ ਮੌਕੇ 'ਤੇ ਭੇਜਿਆ ਜ਼ਖਮੀਆਂ ਨੂੰ, ਉਹ ਵੈਰੀਫਾਈ ਕਰ ਰਹੇ ਹਾਂ ਜਾ ਕੇ। ਨਹੀਂ, ਕਾਰਨ ਇਹ ਜਾਂਚ ਕਰਾ ਰਹੇ, ਜਾਂਚ ਤੋਂ ਬਾਅਦ ਪਤਾ ਲੱਗੇ। ਸਰ, ਇਹ ਐਕਸੀਡੈਂਟ ਨਾਲ ਪੇਸ਼ੈਂਟ ਆਏ ਨੇਗੇ, ਇੱਕ ਪੇਸ਼ੈਂਟ ਜਿਹਦਾ ਨਾਮ ਤਾਂ ਲਵੀ ਸ਼ਰੋੜਾ, ਉਹਨਾਂ ਦੀ ਤਬੀਅਤ ਕਾਫੀ ਜ਼ਿਆਦਾ ਖਰਾਬ ਹੈਗੀ, ਅਤੇ 2 ਪੇਸ਼ੈਂਟਸ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਦਾ ਨਾਮ ਅਮਿਤ ਕੁਮਾਰ, ਜਿਨ੍ਹਾਂ ਦੀ ਉਮਰ ਲਗਭਗ 36 ਸਾਲ ਹੈ, ਅਤੇ 1 ਸੰਪੂਰਨ ਸਿੰਘ ਜੀ, ਜਿਨ੍ਹਾਂ ਦੀ ਉਮਰ 65 ਸਾਲ ਹੈ। ਇਹਨਾਂ ਦੀ ਉੱਥੇ ਮੌਕੇ 'ਤੇ ਹੀ ਮੌਤ ਹੋ ਗਈ ਸੀ, ਅਤੇ 1 ਲਵੀਸ਼ ਅਰੋੜਾ, ਜਿੱਦਾਂ ਮੈਂ ਦੱਸਿਆ, ਉਹ ਕਾਫੀ ਜ਼ਿਆਦਾ ਸੀਰੀਅਸ ਨੇ। ਪੰਡਿਤ ਕਾਸ਼ੀਰਾਮ ਜੀ, ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਕਰਵਾਓ। ਮਨਚਾਇਆ ਕੰਮ, ਕਾਰੋਬਾਰ ਵਿੱਚ ਰੁਕਾਵਟ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਲਵ ਮੈਰਿਜ ਕਿੱਤਾ ਕਰਵਾਇਆ, ਸੰਤਾਨ ਹੀਨਤਾ, ਸੱਸ ਨੂੰ ਅਤੇ ਪਤੀ ਪਤਨੀ 'ਚ ਅਨਬਨ, ਗੁਪਤ ਰੋਗ, ਕੋਰਟ ਕੇਸ, ਤਲਾਕ ਕਰਵਾਉਣਾ ਜਾਂ ਨਾ ਕਰਵਾਉਣਾ, ਖੋ ਚੁੱਕਾ ਪਿਆਰ, ਪਿਆਰ ਵਿੱਚ ਧੋਖਾ, ਗੁਪਤ ਰੋਗ ਤੋਂ ਪਰੇਸ਼ਾਨ, ਸੌਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਹਰ ਸਮੱਸਿਆ ਦਾ ਘਰ ਬੈਠੇ ਸਮਾਧਾਨ ਕਰਵਾਓ। ਪੰਡਿਤ ਕਾਸ਼ੀਰਾਮ ਜੀ, ਅੱਜ ਹੀ ਫੋਨ ਕਰੋ।